ਹਾਂਜੀ ਸਟਾਰਟ ਹੋਈਆਂ ਨੇ ਬੱਸਾਂ ਹਾਂਜੀ ਉਹੀ ਸਰਕਾਰ ਤਾਂ ਚਲੋ ਲੋਕਾਂ ਦੀ ਸਹੂਲਤ ਲਈ ਕਰ ਰਹੀ ਆ ਬਾਕੀ ਹੁਣ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੂਗਾ ਇੱਕ ਪਬਲਿਸਿਟੀ ਹੋਊਗੀ ਉਹਦੇ ਨਾਲ ਲੋਕਾਂ ਦਾ ਵੀ ਫਾਇਦਾ ਸਰਕਾਰ ਦਾ ਵੀ ਫਾਇਦਾ ਠੀਕ ਹੈ ਆਂਟੀ ਜੀ ਥੈਂਕ ਯੂ ਵੈਰੀ ਮੱਚ ਓਕੇ ਜੀ ਹਾਂਜੀ ਕਨੈਕਟਰ ਸਾਹਿਬ ਸੋ ਕਿੰਨੇ ਦਿਨ ਹੋ ਗਏ ਨੂੰ ਬੱਸ ਨੂੰ ਚੱਲਦੇ ਨੂੰ ਇਹ ਜੀ 15 ਤਰੀਕ ਤੋਂ ਸਟਾਰਟ ਕਰੀ ਜੀ ਓਕੇ ਹਾਂਜੀ 15/6 ਤੋਂ ਭਗਵੰਤ ਮਾਨ ਜੀ ਨੇ ਓਕੇ ਹਰੀ ਝੰਡੀ ਦਿੱਤੀ ਸੀ ਜਲੰਧਰ ਤੋਂ ਇਹ ਬੱਸ ਹੁਣ ਪਟਿਆਲੇ ਤੋਂ ਆਈ ਹੈ ਇਸ ਟਾਈਮ ਓਕੇ ਜੀ ਤੇ ਬਾਕੀ ਕੋਈ ਰਾਹ ਚ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਕੋਈ ਮੈਨੇਜਮੈਂਟ ਵੱਲੋਂ ਤੁਹਾਨੂੰ ਪਰੇਸ਼ਾਨੀ ਆ ਰਹੀ ਹੋਵੇ ਕੋਈ ਦਿੱਲੀ ਸਰਕਾਰ ਵੱਲੋਂ ਕੋਈ ਤੁਹਾਨੂੰ ਸਰਕਾਰ ਦਾ ਕੋਈ ਤੁਸੀਂ ਸਰਕਾਰ ਨੂੰ ਸੁਝਾਅ ਦੇਣਾ ਚਾਹੁੰਦੇ ਹੋ ਸਾਡੇ ਇਸ ਅਸੀਂ ਪੇਜ ਤੋਂ ਵੀਡੀਓ ਅਪਲੋਡ ਕਰਾਂਗੇ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਜਾਂ ਆਪਣੇ ਉੱਚੇ ਅਫਸਰਾਂ ਨੂੰ ਨਹੀਂ ਬਹੁਤ ਵਧੀਆ ਉਪਰਾਲਾ ਜੀ ਵਧੀਆ ਟਾਈਮ ਤੇ चलो ठीक है भाई जी धन्यवाद बहुत बहुत अपने बाई जी अपने इंस्पेक्टर साहब ने